ਜੀ ਅਸਲਾਮ ਵਾਲੇਕੁਮ ਦੋਸਤੋ, ਅੱਜ ਨਾ ਪਹੁੰਚੇ ਹਾਂ ਗੈਂਬਰ ਮੰਡੀ 'ਤੇ ਅਤੇ ਤੁਹਾਨੂੰ ਇੱਕ ਨੂਰ ਸ਼ਾਹ ਇਲਾਕੇ ਦਾ ਬ੍ਰੈਂਡ ਵਿਖਾਉਣ ਲੱਗੇ ਹਾਂ ਜਿਹੜੇ ਮੇਰੇ ਵੀਰ ਸ਼ੌਕੀਨ ਹਜ਼ਰਾਤ ਨੇ। ਬਾਕੀ ਸਦਾ ਬਾਦਸ਼ਾਹ ਹੀ ਉਹ ਸੋਹਣੇ ਰੱਬ ਦੀ ਅਤੇ ਉਹਦਾ ਹੀ ਨਾਂ ਹੈ ਜਿਹਨੇ ਅਜੇ ਅਨਮੋਲ ਹੀਰੇ ਬਣਾਏ ਨੇ। ਅੱਜ ਦਾ ਬ੍ਰੈਂਡ ਜਨਾਬ ਭਾਈ ਅਰਸ਼ਦ ਜੋਈਏ ਕੋਲ ਪਹਿਲਣ ਝੋਟੀ ਹੈ, ਪਰ ਕਿਆ ਹੀ ਬਾਤਾਂ ਨੇ ਜੀ, ਖੂਬਸੂਰਤੀ ਕਮਾਲ ਦੀ ਹੈ। ਅਤੇ ਮੈਨੂੰ ਲੱਗਦਾ ਭਾਈ ਅਰਸ਼ਦ ਇਹ ਤਾਂ ਮੈਂ ਤੇਰੇ ਨਾਲ ਚੋਖਾ ਹੀ ਪਿਆਰ ਕਰਦੀ, ਆਵਾਜ਼ ਮਾਰਨਾ ਤੇਰੇ ਵੱਲੇ ਵੇਹਦੀ ਹੈ। ਨਸਲੀ ਪੁੱਤਰ ਜਿਵੇਂ ਹੁੰਦੇ ਨੇ, ਕਿਆ ਬਾਤ ਹੈ। ਲਓ ਜੀ, ਇਨਸ਼ਾਅੱਲਾ ਤਾਲਾ ਜਿਹੜੇ ਮੇਰੇ ਵੀਰ ਸ਼ੌਕ ਕਰਦੇ ਨੇ ਨਾ ਨੂਰ ਸ਼ਾਹ ਦੀਆਂ ਮੱਝਾਂ ਦਾ, ਉਹਨਾਂ ਨੂੰ ਝੋਟੀ ਵਿਖਾਉਣੀ ਹੈ, ਲੈਣੇ ਦੇਣੇ ਨਸੀਬ ਨੇ ਸੋਹਣੀ ਝੋਟੀ ਸਾਫ਼ ਸੁਥਰੀ। ਅਤੇ ਜੋਈਆ ਸਾਹਿਬ ਦੱਸੋ ਇਹਦੇ ਮੁਤਲਕ ਜਿਹੜੀ ਗੱਲ ਛਾਲੇ ਤੁਸੀਂ ਦੱਸਣੀ ਹੈ, ਵੱਡਾ ਛੰਡਾ ਤੇ ਮੱਝ ਹੁੰਦੀ ਕਿੱਥੋਂ ਦੀ ਹੈ ਤੇ ਕਹਿ ਦਿੰਦੇ ਨੂਰ ਸ਼ਾਹ ਦੀ, ਐਵੇਂ ਐਵੇਂ ਖਾਸ ਨੂਰ ਸ਼ਾਹ ਦੀ ਮੱਝ ਜਿਵੇਂ ਬੰਦੇ ਕਹਿੰਦੇ ਤੇ ਖਾਸ ਸਨਪਾਲਾਂ ਦੇ ਘਰ ਦੀ ਮੱਝ। ਅੱਛਾ, ਫਿਰ ਪਹਿਲਾਂ ਮੱਝ ਹੋ ਕੇ ਮੈਂ ਇਹਨੂੰ ਕੰਨੀ ਵੇਖ ਗੱਡੀ ਲੰਮੀ ਤੇ ਮੈਂ ਲੰਮੀ ਵੇਖ ਗੱਡੀ ਜਿੰਦਾਬਾਦ, ਕਦ ਵੇਖ ਮੈਂ ਰਾਜ ਸਾਹਿਬ ਕਿੱਡਾ ਪਹਿਲਾਂ ਮੱਝ ਹੋ ਕੇ ਤੇਰੇ ਸਿਰ ਜੱਡੀ, ਬਿਲਕੁਲ ਅੱਖਾਂ ਮੈਂ ਇਹਨੂੰ ਵੇਖ, ਸਿੰਘ ਮੈਂ ਇਹਨੂੰ ਕਿੰਗੜੀ ਵਾਲਾ, ਕੱਠ ਮੈਂ ਇਹਨੂੰ ਸਿੰਘ ਰੱਖਿਆ, ਅੱਛਾ ਥਾਣ ਵੇ ਮੈਨੂੰ ਅੱਲਾ ਸਾਹਿਬ ਨੇ ਕਿੱਡਾ ਪਾਵਰ ਲਾ, ਐਡਾ ਹੀ ਮੈਂ ਇਹਨੂੰ ਚਾਹੁੰਦੇ। ਅੱਛਾ ਜੋਈਆ ਸਾਹਿਬ, ਇੰਝ ਕਰੋ ਨਾ ਇੱਕ ਵਾਰੀ ਇਹਨੂੰ ਛੱਡੋ ਟੂਰ ਕੇ ਤੇ ਫਿਰ ਆਪਾਂ ਤੁਹਾਡੇ ਨਾਲ ਇਹਦੀ ਜਿਹੜੀ ਨਾ ਕਰਨੇ ਆ ਇਨਸ਼ਾਅੱਲਾ ਤਾਲਾ ਜਿਹੜੀ ਗੱਲਬਾਤ ਹੈ। ਬਾਕੀ ਜੀ ਸੋਹਣੀ ਮਾਸ਼ਾਅੱਲਾ ਲੰਬਾਈ ਚੱਡੇ ਦੀ ਜਿਹੜੀ ਨਾ ਲਿਬਾਸ ਦੀ, ਚਾਰਾਂ ਪਾਸੋਂ ਥਣ ਸੋਹਣਾ ਲੱਗਿਆ ਅਤੇ ਜਿਹੜੀ ਝੋਟੀ ਦੀ ਖੂਬਸੂਰਤੀ ਕਮਾਲ ਦੀ ਹੈ ਜੀ, ਲੈਣੇ ਦੇਣੇ ਨਸੀਬ ਨੇ ਇਨਸ਼ਾਅੱਲਾ ਤਾਲਾ, ਤੁਹਾਨੂੰ ਸਾਰੀ ਮੁਕੰਮਲ ਇਹਦੀ ਡਿਟੇਲ ਦਿਆਂਗੇ। ਉਹ ਮੇਰਾ ਸੋਹਣਾ ਵੀਰ ਅਸੀਂ ਕਰਕੇ ਮੁੜੇ ਹਾਂ ਨਾ, ਇਹ ਬੰਦਾ ਵੀ ਜਿਹੜਾ ਕੋਈ 7 ਫੁੱਟ ਦਾ ਹੀ ਨਾਲ ਮਾਸ਼ਾਅੱਲਾ ਥੱਲੇ ਹੀ, ਮੈਂ ਵੇਵੇਂ ਕਿ ਨਹੀਂ ਛੱਡਦੇ। ਲਓ ਜੀ, ਇੱਥੇ ਤਸੱਲੀ ਕਰਨੀ ਹੈ, ਸੋਹਣੀਆਂ ਟੋਰਾਂ ਅਤੇ ਮਾਸ਼ਾਅੱਲਾ। ਜੋਈਆ ਸਾਹਿਬ ਬੱਚੇ ਤੇ ਕਲੀਅਰ ਬਿਲਕੁਲ ਵਧੀਆ, ਪਤਾ ਹੀ ਕੀ ਹੋ ਗਿਆ। ਅੱਛਾ ਚੁਆਈ ਚੰਗੀ, ਮੈਂ ਜੋਈਆ ਸਾਹਿਬ ਚੁਆਈ ਚੁਈ ਚੰਗੀ, ਹੁਣ ਬੱਚੇ ਤੇ ਟੋਰ ਕੇ ਵਿਖਾਉਣ ਲੱਗੇ ਜੀ। ਉਹ ਮੰਨ ਗਿਆ ਤੈਨੂੰ ਜੋਈਆ, ਤੇਰੇ ਤੂੰ ਬ੍ਰੈਂਡ ਯਾਰ ਨੂਰ ਸ਼ਾਹ ਦਾ ਮੈਨੂੰ ਲੱਗ ਗਿਆ ਪਤਾ। ਅੱਛਾ ਜ਼ਿੰਦਾਬਾਦ। ਕਿਆ ਬਾਤ ਹੈ ਜੀ, ਮਾਸ਼ਾਅੱਲਾ ਸੋਹਣੀਆਂ ਚਾਰਾਂ ਪਾਸੋਂ ਵੰਡਾਂ ਨੇ ਜਨਾਬ। ਬੰਨ ਲੈ ਜੋਈਆ, ਬੰਨ ਲੈ, ਤੇਰੇ ਤੇਰੀ ਜ਼ਬਾਨ ਹੀ ਬ੍ਰੈਂਡ ਹੈ, ਤੂੰ ਕਹਿ ਤਾ ਆਪਾਂ ਮੰਨ ਲਿਆ ਇਨਸ਼ਾਅੱਲਾ ਤਾਲਾ। ਹੁਣ ਜੇ ਦੱਸ ਚੁਆਈ ਚੁਈ ਚੰਗੀ, ਕੋਈ ਛੱਟਾ ਛੱਟਾ ਤਾਂ ਕੋਈ ਨਾ। ਅੱਛਾ ਬੰਨੋ, ਲਓ ਜੀ ਇਨਸ਼ਾਅੱਲਾ ਤਾਲਾ ਜਿਹੜੀਆਂ ਗੱਲਾਂ ਤੁਹਾਨੂੰ ਕੀਤੀਆਂ ਨੇ ਭਾਈ ਅਰਸ਼ਦ, ਮੈਰੀ ਤੋਂ ਜੀ ਖੜਬਾ ਜੀ ਕਿੱਲਾ ਲਾਉਣ ਲੱਗਿਆ ਸੀ ਉਹ। ਅੱਛਾ ਕੀ ਆਣਾ, ਚੁਆਈ ਚੰਗੀ ਹੈ? ਮੈਂ ਤਾਂ ਨਾ ਚੁਆਈ ਵੀ ਬਹਾਦ ਲਾ ਬੱਚਾ ਯਾਰ, ਅੱਲਾ ਨੂੰ ਯਾਦ ਕਰਕੇ ਤਾਂ ਕੇ ਨਾ ਸ਼ੱਕ ਸ਼ੁਭਾ ਨਾ ਰਵੇ ਹੈ। ਲਓ ਜੀ ਜੁੜੇ ਰਹਿਣਾ ਇਨਸ਼ਾਅੱਲਾ ਤਾਲਾ, ਤੁਹਾਨੂੰ ਲਾਈਵ ਚੁਆਈ ਵੀ ਇਹਦੀ ਵੇਖ ਕੇ ਮਜ਼ਾ ਆਏਗਾ ਅੱਲਾ ਦੇ ਫਜ਼ਲੋ ਕਰਮ ਨਾਲ। ਅਤੇ ਜਿਹੜਾ ਖਾਲਸ ਦੁੱਧ ਵਾਲਾ ਬਣ ਹੈ, ਅਤੇ ਇਹ ਜਿਹੜੇ ਜਨਾਬ ਜਿਹੜੇ ਪਿੱਛੇ ਨਾ ਦੋ ਬਟਨ ਨੇ, ਉਹ ਤੂੰ ਦੱਸਦੇ ਗੁਜਰਾ ਹੈ ਬਟਨ ਕਿਹੜੀਆਂ ਮੱਝਾਂ ਨੂੰ ਹੁੰਦੇ ਨੇ? ਹੈਂ ਮੈਂ ਹਾਂ ਜਿਹੜੇ ਬਟਨ ਜਿਹੜੀਆਂ ਨਸਲੀ ਮੱਝਾਂ ਹੋਣ ਨਾਲੇ ਸਨਪਾਲਾਂ ਦੇ ਘਰ ਦੀ ਮੱਝ, ਉਹਨਾਂ ਦੇ ਹਮੇਸ਼ਾ ਸਾਰੀਆਂ ਮੱਝਾਂ ਦੀ। ਜਿੰਦਾਬਾਦ। ਜੋਈਆ ਕਿੱਧਰ ਜਾਂਦਾ ਰਹੇ? ਜੋਈਆ ਛੱਡ ਬੱਚਾ ਯਾਰ, ਲਓ ਜੀ ਆ ਚਿਹਰੇ ਦੀ ਭਾਈ ਅਰਸ਼ਦ ਬੁੜੀ, ਉਹ ਸੈਲ ਲੰਮੀ ਹੋ ਗਈ ਤੇ ਚਵਾਈ ਦੀ ਆਪਾਂ ਲੈਦਾ ਲਾਨੇ ਆ, ਠੀਕ ਹੋ ਗਿਆ ਤੇ ਥਣਾਂ ਦੀ ਵੰਡ ਛੰਡ ਬਹਾ ਲਈ। ਕੀ ਬਾਤ ਹੈ ਸਾਹਿਬ, ਵੇਖੋ ਫੁੱਟ ਫੁੱਟ ਬੱਤੇ ਗੱਲਾਂ ਕਰਦੇ ਨੇ, ਮੈਨੂੰ ਅੱਲਾ ਸਾਹਿਬ ਨੇ ਫੁੱਟ ਫੁੱਟ ਵੀਰ ਲਾਇਆ। ਮਾਸ਼ਾਅੱਲਾ ਐਵੇਂ ਗੱਲ ਹੈ ਜਨਾਬ, ਸੋਹਣੀਆਂ ਵੰਡਾਂ ਚਾਰਾਂ ਪਾਸੋਂ ਤੇ ਦੁੰਨੀ ਤੋਂ ਮੈਨੂੰ ਵੇਖੋ ਨਾਲ ਚੱਡਾ ਲੈ ਕੇ ਤੇ ਸਾਰ ਦਾ ਕਮਾਈ ਦਾ ਚੱਡਾ। ਜੋਈਆ ਸਾਹਿਬ
ਕੀ ਇਹਦਾ ਲੇਖਾ ਲੁਖਾ ਲੈਣਾ ਤੇ ਉਹ ਬਾਅਦ ਸਭ ਮੁੱਲ ਮੰਗਣ ਬੰਦੇ ਦਾ ਮੂੰਹ ਨਹੀਂ ਥੱਕਦਾ ਭਾਵੇਂ ਬੰਦਾ ਮੰਗ ਲਵੇ 20 ਲੱਖ ਰੁਪਈਆ ਵਾਹ 12 ਲੱਖ ਦੀ ਵੇਚਣੀ 12 ਲੱਖ ਦੀ ਵੇਚਣੀ 12 ਲੱਖ ਦੀ ਕਰੇਗਾ ਆਸਰਾ ਇਹ ਤਾਂ ਮੁੱਲ ਚਲੋ ਲਓ ਜੀ ਜੇਕਰ ਵੀਰੇ ਕਿਸੇ ਦੇ ਪਸੰਦ ਆਵੇ ਇਨਸ਼ਾਅੱਲਾ ਤਾਲਾ ਇਹਦੇ ਵਿੱਚ ਪਿਆਰ ਮੁਹੱਬਤ ਹੋਏਗਾ ਤੇ ਮੈਂ ਤਾਂ ਨਾ ਕੋਈ ਪੱਕੀ ਆਵਾਜ਼ ਦੇ ਨਾ ਐਵੇਂ ਕਰ ਸਹਿ ਸਾਰਾ ਮੁੱਲ ਤੇਰੀ ਜ਼ਾਤ ਨੂੰ 20,000 ਰੁਪਈਆ ਛੱਡ ਦਿਆਂਗੇ ਬਸ ਇਹੀ ਕੁਛ ਹੈਗਾ ਅੱਛਾ 20,000 ਰੁਪਈਆ ਇਹੀ ਕੁਛ ਠੀਕ ਹੈ।